ਕਾਲ ਜੀ ਸਾਰਿਆਂ ਨੂੰ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ 40-16 ਦਾ ਰਿਜ਼ਲਟ ਦਿਖਾਉਂਗਾ। ਵਿੱਚ ਭਰਾ ਪੁੱਛ ਲੈਂਦੇ ਆ ਵੀ 40-116 ਦਾ ਰਿਜ਼ਲਟ ਕਿਵੇਂ ਆ। ਮੈਂ ਤੁਹਾਨੂੰ ਜਿਹੜਾ ਰਿਜ਼ਲਟ ਆਪਾਂ ਦਿਖਾਉਂਗਾ 40-116 ਦੀ, ਜਿਹੜੀ ਸਾਹਮਣੇ ਬੱਚੀ ਖੜੀ ਹੈ 40-116 ਦੀ ਆ। 40-116 'ਚ ਜ਼ਿਆਦਾ ਬਲੈਕ ਕਲਰ ਹੀ ਜ਼ਿਆਦਾ ਆਉਂਦਾ ਹੁੰਦਾ ਸੀ ਬੱਚੀਆਂ ਦਾ। ਸੀਮਨ ਵਧੀਆ ਗਾਹਾਂ, ਇਹਦੀ ਮਾਂ ਦਾ ਰਿਕਾਰਡ ਵੀ 18,000 ਲੀਟਰ ਸੂਏ ਦਾ। ਅਤੇ ਅੱਜ ਤੁਹਾਨੂੰ ਮੈਂ ਉਹੋ ਜਿਹੀ ਗਾਂ 'ਤੇ ਹੀ ਵੀਡੀਓ ਬਣਾਉਣਾ ਹੁੰਦਾ ਦੋਸਤੋ, ਜਿਹਦੇ ਨਾਲ ਵੀ ਤੁਹਾਡੀ ਵੀ ਹੌਂਸਲਾ ਵਧੇ ਡੈਰੀ ਫਾਰਮਿੰਗ ਕਰਨ 'ਚ, ਕਿਉਂਕਿ ਹਰ ਇੱਕ ਭਰਾ ਕੋਲ 50 ਲੀਟਰ ਵਾਲੀ ਗਾਂ ਨਹੀਂ ਹੁੰਦੀ। ਅਤੇ ਬਹੁਤ ਜ਼ਿਆਦਾ ਕਿਉਂਕਿ ਚੁਣਵੇਂ ਫਾਰਮਰ ਹੀ ਆ ਜਿਹਦੇ ਜਿਨ੍ਹਾਂ ਕੋਲ 40-50 ਲੀਟਰ ਵਾਲੀਆਂ ਗਾਵਾਂ। ਅਤੇ ਜਿਹੜੇ ਆਮ ਘਰਾਂ 'ਚ ਪਸ਼ੂ ਰੱਖਦੇ ਆ ਜਾਂ ਛੋਟੇ ਫਾਰਮਰ ਆ, ਉਹਨਾਂ ਕੋਲ ਹਜੇ ਇੰਨੇ ਦੁੱਧ ਵਾਲੀ ਨਹੀਂ ਗਾਂ ਹੁੰਦੀ, ਜਾਂ ਕਿਸੇ ਭਰਾ ਦਾ ਨਵਾਂ ਕੰਮ ਸ਼ੁਰੂ ਕੀਤਾ ਹੁੰਦਾ ਉਹਨਾਂ ਕੋਲ ਵੀ ਇੰਨਾ ਜ਼ਿਆਦਾ ਦੁੱਧ ਵਾਲੀ ਗਾਂ ਨਹੀਂ ਹੁੰਦੀ। ਕਈ ਭਰਾ ਤਾਂ ਚਲੋ ਮਹਿੰਗੀਆਂ ਪਸ਼ੂ ਖਰੀਦ ਵੀ ਲੈਂਦੇ ਆ, ਕਈ ਨਹੀਂ ਖਰੀਦ ਸਕਦੇ। ਅਤੇ ਅੱਜ ਭਰਾਵਾਂ ਉਹਨਾਂ ਭਰਾਵਾਂ ਲਈ ਵੀਡੀਓ ਆ ਜਿਨ੍ਹਾਂ ਕੋਲ ਘਰੇ 15-15 ਲੀਟਰ ਵਾਲੀਆਂ, 17-17 ਲੀਟਰ ਵਾਲੀਆਂ ਗਾਵਾਂ। ਮੈਂ ਇੱਕ ਪਹਿਲਾਂ ਵੀ ਵੀਡੀਓ ਬਣਾਈ ਸੀ 40-120 ਦਾ, ਤੁਹਾਨੂੰ ਰਿਜ਼ਲਟ ਦਿਖਾਇਆ ਸੀ। ਅੱਜ ਫਿਰ ਮੈਂ ਤੁਹਾਨੂੰ 40-116 ਦਾ ਰਿਜ਼ਲਟ ਦਿਖਾਉਣਾ। ਦੋਸਤੋ ਜਿਹੜੀ ਇਹ ਬੱਚੀ ਆਪਣੀ ਖੀਰੀ ਸੂਈ ਆ 40-116 ਦੀ, ਇਹਦੀ ਹੀ ਟੇਂਡ ਦੀ ਬੱਚੀ ਨੂੰ ਇਹਨੇ ਹੀ ਜਨਮ ਦਿੱਤਾ, ਜਿਹੜੀ ਮੈਂ ਵੀਡੀਓ ਪਾਈ ਸੀਗੀ। ਇਹ ਬੱਚੀ ਵੀ ਆਪਣੀ ਖੀਰੀ ਸੂਈ ਆ ਦੋਸਤੋ। ਅਤੇ ਜਿਹੜੀ ਆਪਣੀ 40-120 ਵਾਲੀ ਬੱਸੀ ਆ, ਉਹ ਆਪਾਂ ਉਹ ਵੀ ਗੱਭਣ ਕਰਾਤੀ ਆਪਾਂ 66 ਅਮਰਾਪਾਲ ਤੋਂ, ਤਾਂ ਗੱਭਣ ਹੋਏਗੀ, ਉਹ ਖੀਰੀ ਹੀ ਗੱਭਣ ਹੋ ਗਈ ਸੀਗੀ। ਅਤੇ ਜਿਹੜੀ ਆਪਣੀ ਦੋਸਤੋ ਆਹ ਬੱਚੀ ਹੈ, ਇਹਦਾ ਹੁਣ ਤੁਹਾਨੂੰ ਪਹਿਲਾਂ ਦੀ ਮਾਂ ਦਾ ਰਿਕਾਰਡ ਦੱਸਦੇ ਹਾਂ ਤੁਹਾਨੂੰ। ਜਿਹੜੀ ਇਹਦੀ ਮਾਂ ਦਾ ਰਿਕਾਰਡ ਆ, ਉਹ ਕੋਈ ਬਾਹਲਾ ਰਿਕਾਰਡ ਨਹੀਂ। ਇਹਦੀ ਮਾਂ ਦਾ ਕੋਈ 17 ਕਿਲੋ ਦੁੱਧ ਦਾ ਰਿਕਾਰਡ ਆ। ਜਿਵੇਂ ਪਹਿਲੇ ਸੂਏ ਬਾਹਲੀ ਚੰਗੀ ਨਹੀਂ ਸੀ ਇਹਦੀ ਮਾਂ, ਜਿਵੇਂ ਪਹਿਲੇ ਸੂਏ 15 ਕੁ ਲੀਟਰ ਦੇ ਤਾ ਉਹਨੇ, ਫਿਰ ਦਿੱਤਾ ਦੂਜੇ ਸੂਏ 17-18 ਕਿਲੋ ਦੁੱਧ, 18 ਕਿਲੋ ਤੱਕ ਦਾ ਇਹਦੀ ਮਾਂ ਦਾ ਰਿਕਾਰਡ ਆ। ਪਰ ਇਹ ਬੱਚੀ ਦਾ ਦੋਸਤੋ ਕੋਈ ਇਹਦੀ ਮੈਂ ਅਲੱਗ ਤੋਂ ਨਹੀਂ ਸੇਵਾ ਕਰ ਰਿਹਾ, ਬਸ ਇਹ ਜ਼ਿਆਦਾ ਜਿਹੜੀਆਂ ਗਾਵਾਂ ਆਪਣੀਆਂ ਖੁੱਲ੍ਹੀਆਂ ਛੱਡੀਆਂ ਵਾਂ ਉਹਨਾਂ 'ਚ ਹੀ ਫਿਰਦੀ ਆ, ਉਹਨਾਂ ਨਾਲ ਹੀ ਫੀਡ ਖਾਂਦੀ ਆ, ਕੋਈ ਇਹਨੂੰ ਮੈਂ ਅਲੱਗ ਤੋਂ ਨਹੀਂ ਫੀਡ ਪਾ ਰਿਹਾ। ਇਹਦਾ ਤੁਹਾਨੂੰ ਹੁਣ ਮੈਂ ਦੁੱਧ ਰਿਕਾਰਡ ਦੱਸਣਾ। ਇਹ ਬੱਚੀ ਆਪਣੀ 24 ਕਿਲੋ ਦੁੱਧ 'ਤੇ ਚੱਲ ਰਹੀ ਆ ਸਾਰੇ ਪਸ਼ੂਆਂ ਦੇ ਵਿੱਚ। ਇਹਨੂੰ ਸੂਈ ਨੂੰ ਦੋਸਤੋ ਹਜੇ ਦਿਨ ਹੋਏ ਆ ਆਪਣੇ 16 ਕੁ ਦਿਨ, ਇਹਨੂੰ 16-17 ਦਿਨ ਇਹਨੂੰ ਸੂਈ ਨੂੰ ਹੋ ਗਏ। ਬਾਕੀ ਚਲੋ ਕਿਉਂਕਿ 20-22 ਦਿਨਾਂ ਬਾਅਦ ਪਸ਼ੂ ਜਿਹੜਾ ਹੁੰਦਾ ਆਪਣੀ ਗਾਂ ਹੁੰਦੀ ਆ ਜਾਂ ਮੱਝ, 22ਵੇਂ ਦਿਨ ਤੋਂ ਬਾਅਦ ਜਾ ਕੇ ਪਸ਼ੂ ਜ਼ਿਆਦਾ ਫੀਡ ਖਾਣ ਲੱਗਦਾ ਅਤੇ ਜ਼ਿਆਦਾ ਚਾਰ ਖਾਣ ਲੱਗਦਾ। ਉਹ ਦੋਸਤੋ ਐਵੇਂ ਕਿਉਂਕਿ ਜਦੋਂ ਪਸ਼ੂ ਸੂੰਦਾ ਹੁੰਦਾ, ਉਹਦੀ ਜਿਹੜੀ ਬੱਚੇਦਾਨੀ ਦਾ ਸਾਈਜ਼ ਹੁੰਦਾ ਉਹ ਜ਼ਿਆਦਾ ਵੱਡਾ ਹੁੰਦਾ, ਉਹਨੂੰ 22 ਦਿਨ ਲੱਗ ਜਾਂਦੇ ਸੂਣ ਤੋਂ ਬਾਅਦ ਵੀ ਉਹਦੀ ਬੱਚੇਦਾਨੀ ਦਾ ਜਿਹੜਾ ਸਾਈਜ਼ ਆ ਉਹ ਆਪਦੇ ਸਹੀ ਸਾਈਜ਼ 'ਤੇ ਜਾ ਵੜੇ। ਜਦੋਂ ਦੋਸਤੋ ਬੱਚੇਦਾਨੀ ਦਾ ਸਾਈਜ਼ ਵੱਡਾ ਹੋਊ, ਰਿਊਮਨ ਦਾ ਸਾਈਜ਼ ਘੱਟ ਹੋ ਜੂ ਪੇਟ ਦਾ, ਤਾਂ ਕਰਕੇ ਉਹਦੀ ਜਿਹੜੀ ਫੀਡ ਅਤੇ ਉਹਦੀ ਪੱਠੇ ਖਾਣ ਦੀ ਸ਼ਮਤਾ ਉਹ ਘੱਟ ਜਾਂਦੀ ਆ, ਉਹ ਘੱਟ ਖਾਂਦੀ ਆ। ਜਦੋਂ ਪਸ਼ੂ 22ਵੇਂ ਦਿਨ ਬਾਅਦ ਉਹਦਾ ਸਾਈਜ਼ ਨੋਰਮਲ ਹੋ ਜਾਂਦਾ, ਬੱਚੇਦਾਨੀ ਦਾ ਰਿਊਮਨ ਦਾ ਵੱਧ ਜਾਂਦਾ, ਤਾਂ ਪਸ਼ੂ ਜ਼ਿਆਦਾ ਖਾਣ ਲੱਗ ਜਾਂਦਾ, ਫਿਰ ਵੀ 1-2 ਕਿਲੋ ਦੁੱਧ ਦਾ ਫਰਕ ਪਾ ਜਾਂਦਾ। ਇਹ ਤਾਂ ਦੋਸਤੋ 24 ਕਿਲੋ ਦੁੱਧ ਦਾ ਇਹਦਾ ਹੈਗਾ, ਅਤੇ ਉਮੀਦ ਆ ਵੀ 26 ਕਿਲੋ ਦੁੱਧ ਇਹ ਕੱਢ ਦੂ, ਜ਼ਿਆਦਾ ਵੀ ਨਹੀਂ ਆਪਾਂ ਕਹਿ ਸਕਦੇ, 25-26 ਕਿਲੋ ਕੱਢ ਦੂ, ਪਤਾ ਨਹੀਂ 24 'ਤੇ ਰਹਿ ਜੇ, ਇੰਨਾ ਕੁ ਦੁੱਧ ਇਹ ਕੱਢ ਦੂ, ਚੱਲ 24-25 ਕਿਲੋ। ਤਾਂ ਭਰਾਵੋ ਮੈਂ ਤੁਹਾਨੂੰ ਇਸ ਕਰਕੇ ਕਹਿਣਾ, ਜੇ ਸੀਮਨ ਵਰਤੋਂਗੇ ਤੁਸੀਂ, ਚੰਗਾ ਸੀਮਨ ਵਰਤੋ ਜਿਹੜਾ ਚੰਗਾ ਦੁੱਧ ਕਢਾਵੇ। 40-116 ਦਾ ਦੋਸਤੋ ਜ਼ਿਆਦਾ ਦੁੱਧ ਕਢਾਉਣ ਦਾ ਵੀ, ਇਹਦੀ ਜਿਹੜੀ PTAM ਹੁੰਦੀ, ਇਹਨਾਂ ਦਾ ਕੋਈ ਹੋਰ ਤਰੀਕਾ ਹੁੰਦਾ, ਇਕਨੋਮਿਕ ਵੈਲਿਊ ਹੁੰਦੀ ਇਹਨਾਂ ਦੀ, ਇਹਦੀ ਉਹ ਕੋਈ ਜ਼ਿਆਦਾ ਨਹੀਂ ਵੀ ਆਪਦੇ ਮਾਂ ਤੋਂ ਦੁੱਧ ਪਲੱਸ ਕਰਨ ਦੀ। ਜਿਵੇਂ ਕਿ ਆਪਣੇ ਕੋਲ ਉੱਧਰ ਮੌਂਟਰੀਅਲ ਦੀਆਂ ਵੱਛੀਆਂ ਆਈਆਂ ਜਾਂ ਹੋਰ ਕੇਨ ਦੀ ਆਈ ਆ, ਇਹਦੀ ਵੱਛੀ ਜਾਂ ਮੌਂਟਰੀਅਲ ਆ ਗਈਆਂ, ਉਹ ਦੋਸਤੋ ਜਿਵੇਂ ਜੇ ਮੌਂਟਰੀਅਲ ਉਹਨਾਂ ਦੀ ਮਾਵਾਂ ਦਾ 17-17 ਕਿਲੋ ਦੁੱਧ ਹੋਇਆ, ਤਾਂ ਉਹ ਵੱਛੀਆਂ ਇਹਦੇ ਨਾਲੋਂ ਜਿਵੇਂ ਇਹਨੇ 24-25 'ਤੇ ਰਹਿ ਜਾਣਾ, ਇਹਦੀ ਮਾਂ ਦੀ ਜੇ ਮੌਂਟਰੀਅਲ ਲੱਗਿਆ ਹੁੰਦਾ ਤਾਂ ਉਹਨੇ ਲਗਭਗ 27-28 ਕਿਲੋ ਦੁੱਧ ਕਢਾ ਦੇਣਾ ਸੀ। ਇਹ ਬੋਲਾ ਦੋਸਤੋ ਜਿਹੜਾ 40-116 ਇਹ ਫੈਟ ਵੀ ਅਪ ਕਰਦਾ, ਅਤੇ ਇੱਕ ਲੇਵੇ ਦੀ ਬਣਤਰ ਬਹੁਤ ਸੋਹਣੀ ਆਉਂਦੀ ਆ, ਅਤੇ ਫੈਟ ਇਹਦੀ ਜ਼ਿਆਦਾ ਆ, ਦੁੱਧ ਇਹਦਾ ਗਾੜਾ ਹੁੰਦਾ, ਫੈਟ ਅਪ ਕਰ ਦਿੰਦਾ ਅਤੇ ਲੇਵਾ ਸੁਧਾਰ ਦਿੰਦਾ। ਤਾਂ ਦੋਸਤੋ 40-116 ਦਾ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ, ਤੁਸੀਂ ਵੀ ਲਗਾ ਸਕਦੇ ਹੋ, ਸਸਤਾ ਸੀਮਨ ਆ, ਕੋਈ ਬਾਹਲਾ ਮਹਿੰਗਾ ਸੀਮਨ ਵੀ ਨਹੀਂ। ਅਤੇ
ਜਿਵੇਂ ਇਹਨਾਂ ਦੀ ਹੁੰਦੀ ਹੈ ਦੋਸਤੋ ਜਿਵੇਂ 40-16 ਦੀ 2 ਕਿਲੋ ਦੁੱਧ ਦੀ ਸ਼ਮਤਾ ਕਰਨੀ ਵੀ ਆਪਾਂ ਕਰਨਾ, ਜਿਵੇਂ ਆਪਣੇ ਕੋਲ 16-17 ਲੀਟਰ ਵਾਲੀ ਗਾਂ ਗਈ, ਆਪਾਂ ਨੂੰ ਆਪਾਂ ਉਹਦੇ ਸੀਮਟ ਚੰਗਾ ਲਾ ਕੇ ਆਪਾਂ ਜਲਦੀ ਹੀ 24-25 ਲੀਟਰ 'ਤੇ ਜਾਂ ਉਹੀ ਵੱਛੀ ਇਹ ਦੂਜੇ ਸੂਈ ਨੂੰ 30-32 ਕਿਲੋ 'ਤੇ ਜਾ ਵੜੂ ਤਾਂ ਆਪਾਂ ਉਹ ਦੁੱਧ ਜਲਦੀ ਹੀ ਲੈ ਸਕਦੇ ਹਾਂਗੇ। ਪਰ ਜਦੋਂ ਆਪਣੇ ਕੋਲ ਦੋਸਤੋ ਜੇ ਆਪਾਂ ਜਿਹੜੀ ਵੱਛੀ ਨੇ ਪਹਿਲੇ ਸੂਏ 35 ਕਿਲੋ ਦੁੱਧ ਕੱਢਿਆ ਹੋਵੇ ਅਤੇ ਆਪਾਂ ਉਹਦੇ 40-16 ਵਰਤ ਕੇ ਤਾਂ ਉਹ ਵੱਛੀ ਥੋੜ੍ਹੇ ਦੁੱਧ ਹੀ ਫਰਕ ਪਾਊਗੀ। ਜੇ ਉਹਦੀ ਮਾਂ ਦਾ ਪਹਿਲੇ ਸੂਏ 35-36 ਕੱਢਿਆ ਆਪਾਂ ਉਹਦੇ 40-16 ਲਾਤਾ ਤਾਂ ਉਹ ਵੱਛੀ ਦੋਸਤੋ ਦੁੱਧ ਸਾਰਾ ਜਿਵੇਂ ਆਪਦੀ ਮਾਂ ਨਾਲੋਂ 2-3 ਕਿਲੋ ਪਲੱਸ ਕਰੂਗੀ, ਜਿਵੇਂ 37-38 ਕਿਲੋ ਜਾਂ 38 ਕਿਲੋ ਦੇ ਦੂਗੀ। ਅਤੇ ਦੋਸਤੋ ਜਦੋਂ ਆਪਣੇ ਕੋਲ 16-17 ਲੀਟਰ ਵਾਲੀਆਂ ਗਾਵਾਂ ਉਦੋਂ ਆਪਾਂ ਹਾਈ PTAM ਜਿਹੜੇ ਬੁੱਲ ਹੁੰਦੇ ਆ ਉਹ ਵਰਤ ਸਕਦੇ ਹਾਂ, ਜਾਂ ਜਿਵੇਂ ਹੁਣ ਮੈਂ ਤੁਹਾਨੂੰ ਆ 40-16 40-20 ਦੀ ਦਿਖਾਈ ਆ ਬੈਡ, ਜੇ ਆਪਾਂ ਵਾਲੇ ਰੁਪਈਏ ਵੀ ਨਹੀਂ ਲਾਉਣੇ ਇਹ ਵੀ ਵਰਤ ਸਕਦੇ ਹਾਂ। ABS ਦਾ ਪੋਇਨਰ ਸੀਮਟ ਵੀ ਬਹੁਤ ਵਧੀਆ, ਉਹ ਵੀ ਦੁੱਧ ਬਹੁਤ ਪਲੱਸ ਕਰਦਾ ਜਿੰਨੇ ਹਜੇ ਤੱਕ ਵਸੀਆਂ ਆਈਆਂ ਸਾਰੇ ਵਾਰਮਾਂ 'ਤੇ। ਨਾਲ ਦੋਸਤੋ ਇਕੱਲਾ ਦੁੱਧ ਨਾਲ ਦੇਖਿਆ ਕਰੋ, ਫੈਟ ਦੇਖਿਆ ਕਰੋ, ਵਿੱਚ ਕਈ ਇਹੋ ਜਿਹੇ ਬੁੱਲ ਸੀ ਮੈਂ ਨਾਂ ਨਹੀਂ ਲੈਂਦਾ ਬੁੱਲਾਂ ਦੇ, ਉਹਨਾਂ ਦੀ ਫੈਟ ਬਹੁਤ ਘੱਟ ਸੀਗੀ ਕਿਉਂਕਿ ਅਮੈਰੀਕਾ ਦੇ ਵਿੱਚ ਜਾਂ ਹੋਰ ਕਿਤੇ ਪ੍ਰੋਟੀਨ ਦੇਖ ਕੇ ਹੀ ਦੁੱਧ ਵਿਕਦਾ, ਉਹਨਾਂ ਦਾ ਪ੍ਰੋਟੀਨ ਦੇਖਦੇ ਆਪਣੇ ਜਿਵੇਂ ਫੈਟ ਦੇਖਦੇ ਆ। ਤਾਂ ਦੋਸਤੋ ਕਿਉਂਕਿ ਬੁੱਲ ਉੱਧਰੋਂ ਇੰਪੋਰਟ ਕੀਤੇ ਹੁੰਦੇ ਆ, ਪਰ ਹੁਣ ਤਾਂ ਖਾਸ ਕਰ ਸਾਰੀਆਂ ਕੰਪਨੀਆਂ ਦੇ ਹੀ ਫੈਟ ਵਧੀਆ ਵਾਲੇ ਬੁੱਲ ਲੈ ਕੇ ਆਉਣ ਲੱਗ ਗਏ। ਪਹਿਲਾਂ ਵਿੱਚ ਬੁੱਲ ਇਹੋ ਜਿਹੇ ਸੀ ਨਾਮਵਰ ਬੁੱਲ ਸੀ ਜਿਨ੍ਹਾਂ ਦੀ ਫੈਟ ਬਹੁਤ ਘੱਟ ਸੀ, ਤਾਂ ਕਰਕੇ ਦੋਸਤੋ ਨਾਲ ਤੁਸੀਂ ਫੈਟ ਦਾ ਵੀ ਦੇਖਿਓ, ਫੈਟ ਦਾ ਕੰਟੈਕਟ ਵੀ ਦੇਖਿਆ ਕਰੋ ਵੀ ਕਿੰਨੀ ਫੈਟ ਇਹਦੀ ਆਊਗੀ। ਇਸ ਕਰਕੇ ਭਰਾਵੋ ਤੁਹਾਨੂੰ ਕਹਿਣਾ ਨਾਲ ਫੈਟ ਦੇਖੋ ਨਾਲ ਦੁੱਧ ਦੇਖੋ। ਅਤੇ ਆਹ 40-16 ਦਾ ਰਿਜ਼ਲਟ ਸੀ, ਇਹ ਤੁਹਾਡੇ ਮੂਹਰੇ ਆ, ਮੈਂ ਕਿਹਾ ਭਰਾਵਾਂ ਨੂੰ ਦਿਖਾ ਦੇਈਏ। ਇੱਕ ਦੋਸਤੋ ਐਂ ਨਾ ਸੋਚਿਆ ਕਰੋ ਵੀ ਥਣ ਜਿਵੇਂ ਇਹਦੇ ਆਪਣੀ ਦੇ ਥਣ ਛੋਟੇ ਆ, ਇਹ ਥਣ ਛੋਟਿਆਂ ਦਾ ਬਹੁਤ ਫਾਇਦਾ ਹੁੰਦਾ ਦੋਸਤੋ, ਜਿੰਨੇ ਥਣ ਛੋਟੇ ਹੋਣਗੇ ਉਨੀ ਮਸਟੈਟਸ ਘੱਟ ਆਊ। ਜੇ ਤੁਹਾਡੇ ਕੋਲ ਚੰਗੀ ਗਾਂ ਦੁੱਧ ਵਾਲੀ ਆ, ਕਈ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਪਿੰਡਾਂ 'ਚ ਜਿਵੇਂ ਆਪਣੇ ਆਮ ਘਰੇ ਪਸ਼ੂ ਕਈ ਵਾਰ ਚੰਗਾ ਹੁੰਦਾ, ਥਣ ਉਹਦੇ ਛੋਟੇ ਹੁੰਦੇ, ਕਈ ਵਾਰ ਸੇਲ ਕਰਨਾ ਤਾਂ ਵਪਾਰੀ ਕਹਿ ਦਿੰਦੇ ਅਤੇ ਥਣ ਛੋਟੇ ਆ। ਪਰ ਦੋਸਤੋ ਇੱਕ ਗੱਲ, ਥਣ ਛੋਟਿਆਂ ਦੀ ਖੂਬੀ ਬਹੁਤ ਆ ਕਿਉਂਕਿ ਮਸ਼ੀਨ 'ਚ ਧਾਰ ਚੋਣੀ ਹੁੰਦੀ ਆ, ਮਸ਼ੀਨ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਥਣ ਛੋਟਿਆਂ ਨਾਲ ਉਹਨਾਂ ਦਾ ਮਸਟੈਟਸ ਘੱਟ ਆਊ, ਨਾਲੇ ਕੱਲ੍ਹ ਨੂੰ ਕੋਈ ਕੱਟ ਲੱਗਣ ਦਾ ਡਰ ਥਣ 'ਤੇ ਉਹ ਬਹੁਤ ਰਿਸਕ ਘੱਟ ਜਾਂਦਾ। ਇਸ ਕਰਕੇ ਦੋਸਤੋ ਜਿੰਨੇ ਥਣ ਛੋਟੇ ਹੋਣਗੇ ਪਸ਼ੂ ਓਨਾ ਹੀ ਚੰਗਾ ਹੋ, ਤਾਂ ਕਰਕੇ ਦੋਸਤੋ 40-16 ਵੀ ਵਰਤ ਸਕਦੇ, 40-20 ਵੀ। ਅਤੇ ਅੱਜ ਤੁਹਾਨੂੰ ਮੈਂ ਰਿਜ਼ਲਟ ਦਿਖਾਤਾ, ਵਿੱਚ ਬਹੁਤ ਭਰਾਵਾਂ ਦੇ ਮੈਸੇਜ ਆ ਰਹੇ ਸੀ, ਤਾਂ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ, ਜ਼ਿਆਦਾ ਤੋਂ ਜ਼ਿਆਦਾ ਭਰਾਵੋ ਸ਼ੇਅਰ ਕਰੋ ਵੀਡੀਓ ਨੂੰ ਆਪਣੀ ਨੂੰ, ਤਾਂ ਅੱਗੇ ਤੋਂ ਆਪਾਂ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆ ਸਕੀਏ।